सत श्री अकाल दोस्तों, इस टाइम जिहड़ा तुसीं पानी देख रहे हो आप खड़े हैं जी पिंड सरदूलगढ़ वार्ड नंबर 5 दे विच। सो जिवें तुसीं इधर देख सकते हो एक घर दे नाल जिहड़ा पानी है वह लग चुका है। बापू जी ने इत्थे आए हुए ने ते उन्हां नाल आपां गल्लबात करदे हां। भाई केड़ा पिंड अपना? रापर। इत्थे किवें आउणा होया? इह लड़की है इत्थे। अच्छा अच्छा, इस घर है। ठीक है बाबा जी, जिहड़ा तुहाडा समान सीगा इत्थे, हां उह चक के लै गए कि इत्थे पै गया? उह इत्थों घरों कढ के असीं उह उधर तरे एक ट्राली भरी खड़ी है उत्थे। जवाक होना थक के पहला भी पानी आंदा इस तरह पहला बाले साल हो गए 12-13 साल हो गए पता नहीं उदो आया सी। ठीक है। इधर तो नहीं आया। ठीक है। नाली आ गई, नाली आई सी 20 साल पिछो उदो। ठीक। बन बुन से बिच हो से उन उधर टूट गया फिर अपना पुंदड़ टूट गया सी पुंदड़ बनी। ठीक है। फट्टे वाले पुल को उधर इत्थे कितना का नुकसान होगा थोड़े हिसाब नाल? नुकसान तो जी हुण साढ़े तोल तो बाहर है, कह नहीं सकते। इत्थे फसल बीजी सारे एरिया दे विच? हां सारे जीरी सी, सारे जीरी। साल भी नहीं सकदा, 6 महीने तो जमी नहीं सकता। मान लो कोई उम्मीद नहीं फसल दी, 6 महीने तो जमी नहीं जी। हां 6 महीने तो जमी नहीं सकता, वही नहीं पता साल भी लंघ जे जेड़ा जणा जड़ा पानी है वो चोतन थल्ले नीमा आ सारा लग। ठीक है। साडा बहन 2 किले ये 2 फुट उच्चा सीगा, ये थोड़ा जा है बेचारा सुक जूगा। हां जी सत श्री अकाल दोस्तों, इस टाइम आपां खड़े हैं जी सरदूलगढ़ वार्ड नंबर 5 दे विच। तो साढ़े नाल बाई जी आ बापू जी होरां ने भी हुण गल करी, तो आ बाई जी ने इन्हां दा घर भी इत्थे कोले ही है, इन्हां नाल आपां सारी गल्लबात करदे आ ते सारा जायजा जिहड़ा उह लैणे आ। बाई जी सब तो पहला तां जी सति श्री अकाल। सति श्री अकाल बाई जी। बाई जी तुहाडा नाम की है जी? मेरा नाम जगदेव सिंह जी। जगदेव सिंह जी, पिंड तुहाडा सरदूलगढ़ ही है जी? सरदूलगढ़ जी। अच्छा, ते तुसीं जदों दा पानी आया उदों दे इत्थे पानी दी जिहड़े मतलब बन्न बनाउण दे विच ओह पानी टुट्टिया जी? हाँ जी। असीं इत्थों अगों बन्नण लग गए जी। अच्छा जी। बन्नण लग गए साढ़े पिंड दे जिमीदारां ने जीव सी रहिंदी जी। अच्छा जी। ਉਹਨਾਂ ਨੇ ਰੋਕ ਕਰੀ ਆ ਪਾਣੀ ਦੀ, ਮੁੜ ਕੇ ਅਸੀਂ ਮੰਡੀਰ 'ਚ ਸਾਰੇ ਬੁੜੀਆਂ ਬੰਦੇ ਸਾਰੇ ਮੰਡ ਗਏ ਜੀ, ਫਿਰ ਉਹ ਰੋਕ ਕਰੀ ਆਈ। ਠੀਕ ਹੈ ਜੀ। ਮੰਨ ਲਓ ਵੀ ਤੁਸੀਂ ਮੌਕੇ 'ਤੇ ਰਹਿੰਦੇ ਪਾਣੀ ਦਾ ਜਿਹੜਾ ਪਹਿਲਾਂ ਹੀ ਬੰਨ ਬਣਾਤਾ ਸੀ ਉੱਥੇ ਸੀ ਬੰਦੇ ਆਪਣੇ ਜੀ? ਅੱਛਾ ਜੀ। ਉੱਥੋਂ ਜਦੋਂ ਪਾਣੀ ਟੁੱਟ ਗਿਆ ਭੱਜਾਏ ਅਤੇ ਅੱਗੋਂ ਰੋਕ ਲਈ ਆ, ਫਿਰ ਰੋਕਿਆ ਗਿਆ ਜੀ। ਠੀਕ ਹੈ ਜੀ। ਅਤੇ ਮੰਨ ਲਓ ਕਿ ਜਿਵੇਂ ਹੁਣ ਇਹ ਸਾਰੇ ਏਰੀਏ ਦੇ ਵਿੱਚ ਪਾਣੀ ਹੈ ਅਤੇ ਉੱਧਰ ਸਰਦੂਲਗੜ੍ਹ ਦੇ ਵਿੱਚ ਵੀ ਪਾਣੀ ਹੈ, ਹਾਂਜੀ, ਅਤੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹ ਪੂਰੀ ਜਿਹੜੀ ਉਹ ਸਪੋਰਟ ਕੀਤੀ ਜਾ ਰਹੀ ਹੈ ਜੀ? ਹਾਂ, ਪ੍ਰਸ਼ਾਸਨ ਨੇ ਕੀਤੀ ਹੈ ਜੀ, ਦਿਨ ਪਰ ਰਾਤ ਰਿਹਾ ਮੁਲਾਜ਼ਮ ਸਾਰੇ ਜੀ। ਅਤੇ ਹੁਣ ਤੁਹਾਨੂੰ ਜਿਵੇਂ ਹੁਣ ਇੱਥੇ ਪਾਣੀ ਹੈ ਤਾਂ ਤੁਹਾਨੂੰ ਕੀ ਦਿੱਕਤਾਂ ਆ ਰਹੀਆਂ ਨੇ ਸਾਨੂੰ ਉਹ ਜ਼ਰੂਰ ਦੱਸ ਦਿਓ। ਦਿੱਕਤ ਇਹ ਹੈ ਜੀ, ਹੁਣ ਇਹ ਟੁੱਟ ਜੇ ਫਿਰ ਕੁਛ ਨਹੀਂ ਮੰਨਦਾ ਸਾਡਾ ਸ਼ਹਿਰ ਦਾ ਅਤੇ ਜੀ ਡੁੱਬ ਜਾਵਾਂਗੇ ਜੀ। ਅਤੇ ਫਿਲਹਾਲ ਦੀ ਘੜੀ ਤਾਂ ਮੰਨ ਲਓ ਕਿ ਬੰਨ ਨੇ ਪਾਣੀ ਰੋਕਿਆ ਹੋਇਆ ਜੀ, ਅਤੇ ਜਿਵੇਂ ਹੁਣ ਇੱਥੇ ਡੰਗਰ ਪਸ਼ੂ ਨੇ ਉਹਨਾਂ ਦਾ ਜਿਹੜਾ ਨਿਰਭਾ ਹੈ ਉਹ ਖਾਣ ਦਾ ਖਾਣ ਪੀਣ ਦਾ ਜਿਹੜਾ ਉਹ ਕਿਵੇਂ ਹੋ ਰਿਹਾ ਉਹ ਵੀ ਸਾਨੂੰ ਇੱਕ ਵਾਰੀ ਦੱਸ ਦਿਓ। ਡੰਗਰ ਪਸ਼ੂਆਂ ਦਾ ਤਾਂ ਜੀ ਬੁਰਾ ਹਾਲ ਹੀ ਹੈ ਜੀ, ਹਰੇ ਚਾਰੇ ਬਣੇ ਹੋਏ ਜੀ। ਅਤੇ ਜਿਹੜਾ ਹਰਾ ਚਾਰਾ ਆਪਾਂ ਹੁਣ ਦੇਖਦੇ ਹਾਂ ਇੱਧਰੋਂ ਅਸੀਂ ਆਏ ਸੀਗੇ ਮਾਨਸਾਲੀ ਸ਼ੈਡੋਂ ਵੀ ਇੱਧਰੋਂ ਫਤਿਹਾਬਾਦ ਕਨੀ ਸਾਰੇ ਆ ਰਿਹਾ ਅਤੇ ਉਹ ਤੁਹਾਡੇ ਕੋਲ ਪਹੁੰਚ ਰਿਹਾ ਜੀ? ਪਹੁੰਚ ਜਾਂਦਾ ਜੀ, ਥੋੜ੍ਹਾ ਮੋਟਾ ਪਹੁੰਚ ਜਾਂਦਾ ਜੀ, ਬਣ ਕੇ ਦੇ ਦਿੰਦੇ ਜੀ। ਮੰਨ ਲਓ ਕਿ ਨਿਰਵਾਹ ਹੋ ਰਿਹਾ ਹੈ? ਹਾਂ, ਟੈਪ ਆ ਜਾ ਹੋ ਰਿਹਾ ਜੀ ਜੀ। ਅਤੇ ਤੁਸੀਂ ਮੰਨ ਲਓ ਕਿ ਹੁਣ ਸਾਨੂੰ ਇਹ ਦੱਸ ਦਿਓ ਜੇ ਪਾਣੀ ਮੰਨ ਲਓ ਕਿ ਵੀ ਇਹ ਸੁੱਕਦਾ ਪਾਣੀ ਅਤੇ ਕਿੰਨੇ ਕੁ ਟਾਈਮ ਬਾਅਦ ਜਿਹੜੀ ਸਥਿਤੀ ਹੈ ਜਿਵੇਂ ਪਹਿਲਾਂ ਸੀ ਉਹ ਨੋਰਮਲ ਹੋ ਸਕਦੀ ਹੈ? ਪਾਣੀ ਤਾਂ ਬਹੁਤ ਸਮੇਂ 'ਤੇ ਸੁੱਕੂਗਾ ਜੀ। ਜੀ ਚੀਲੇ ਵਾਹਣ ਜੀ, ਝੋਨੇ ਵਾਲੇ ਵਾਹਣ ਜੀ। ਅਤੇ ਪਾਣੀ ਸਾਨੂੰ ਦੱਸ ਦਿਓ, ਜਿਵੇਂ ਹੁਣ ਆਪਾਂ ਇੱਥੇ ਖੜ੍ਹੇ ਹਾਂ ਨਾਲ ਪਾਣੀ ਹੈ ਆਹ ਘਰ ਦੇ, ਬਾਪੂ ਜੀ ਜਿਵੇਂ ਦੱਸ ਰਹੇ ਸੀ ਆਹ ਘਰ ਦੇ ਨਾਲ ਪਾਣੀ ਹੈ, ਅਤੇ ਤੁਸੀਂ ਸਾਨੂੰ ਇਹ ਦੱਸੋ ਵੀ ਜਿਹੜਾ ਪਾਣੀ ਜੇ ਸੁੱਕ ਵੀ ਜਾਵੇ ਤਾਂ ਜਿਹੜੀ ਇੱਥੇ ਫਸਲ ਆ ਉਹ ਦੁਬਾਰੇ ਹੁਣ ਹੋ ਸਕਦੀ ਹੈ ਜਾਂ ਫਿਰ ਜਿਹੜੀਆਂ ਅੱਗੇ ਫਸਲਾਂ ਆਉਣਗੀਆਂ? ਸਮੇਂ 'ਤੇ ਤਾਂ ਸੁੱਕਣਾ ਨਹੀਂ ਹੈ ਜੀ ਇਹ ਜੀ, ਕਣਕ ਵੇਲੇ ਹੋਊਗਾ ਜੀ ਇੱਧਰ ਜੀ ਜੀ। ਅਤੇ ਤੁਸੀਂ ਸਾਨੂੰ ਇੱਕ ਗੱਲ ਇਹ ਦੱਸੋ ਵੀ ਜਿਹੜਾ ਇੰਨਾ ਪਾਣੀ ਹੈ ਹੁਣ ਤੁਸੀਂ ਇੱਦੂ ਪਹਿਲਾਂ ਇੰਨਾ ਪਾਣੀ ਇੱਥੇ ਦੇਖਿਆ ਇਹ ਏਰੀਏ ਦੇ ਵਿੱਚ? ਜੀ ਮੇਰੀ ਉਮਰ 50 ਸਾਲ ਦੀ ਹੋ ਗਈ, ਮੈਂ ਨਹੀਂ ਦੇਖਿਆ ਜੀ। ਆਹ ਬਾਣ 'ਚ ਵੀ ਪਾਣੀ ਨਹੀਂ ਚੜ੍ਹਦਾ, ਉਹ ਪਿਛਲੇ ਬਾਣ 'ਚ ਪਾਣੀ ਹੁੰਦਾ, ਸੜਕ ਨਾਲ ਆ ਜਾਂਦਾ ਅਤੇ ਕਈ ਨਾ ਵੱਟ ਲਾ ਲੈਂਦੇ ਹੁੰਦੇ ਸੀਗੇ ਜੀ ਜੀ, ਉੱਥੇ ਰੁਕ ਜਾਂਦਾ ਪਾਣੀ। ਇਸ ਟਾਈਮ ਜਿਹੜਾ ਵੀ ਪਾਣੀ ਇਸ ਵਾਰੀ ਆਇਆ ਪਹਿਲਾਂ ਨੂੰ ਜ਼ਿਆਦਾ ਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਿੰਨਾ ਪਾਣੀ ਜੀ ਜੀ?
ਤੇ ਇੱਕ ਤੁਸੀਂ ਮੈਨੂੰ ਹੋਰ ਗੱਲ ਦੱਸੋ, ਜਿਵੇਂ ਹੁਣ ਪਾਣੀ ਆਇਆ ਜੀ, ਪਾਣੀ ਆਉਣ ਤੋਂ ਪਹਿਲਾਂ ਤੁਹਾਨੂੰ ਪ੍ਰਸ਼ਾਸਨ ਨੇ ਜਿਹੜਾ ਉਹ ਅਗਾਹ ਕੀਤਾ ਸੀ ਵੀ ਪਾਣੀ ਆਊਗਾ ਜੀ, ਆਪਦਾ ਬੰਦੋਬਸਤ ਤੁਸੀਂ ਕਰ ਲਓ? ਘਰਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਗਿਆ ਜੀ ਇੱਥੇ ਤੋਂ ਵੀ ਪਿੱਛੇ ਪਾਣੀ ਆਊਗਾ ਜੀ? ਜਿਵੇਂ ਆਪਾਂ ਸੁਣਦੇ ਹਾਂ ਕਿ ਵੀ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਵੀ ਮਤਲਬ ਕਿ ਵੀ ਦੋ ਚਾਰ ਦਿਨ ਪਹਿਲਾਂ ਅਨਾਊਂਸਮੈਂਟ ਕਰਦੇ ਵੀ ਜੀ ਆਪਦਾ ਸਾਵਧਾਨ ਹੋ ਜਾਓ, ਉਹ ਤੁਹਾਨੂੰ ਕੋਈ ਨਹੀਂ ਕੀਤੀ ਗਈ? ਕਿਸੇ ਨੂੰ ਦੱਸਿਆ ਪਾਣੀ ਆਊਗਾ ਨਾਲ ਜੇ ਜਾਂ ਪਹਿਲਾਂ ਇੰਤਜ਼ਾਮ ਕਰੋ ਜੀ ਕੋਈ? ਜੀ ਹੂੰ, ਪਿੰਡ ਰੋਡ ਕੀ ਆ, ਸ਼ਹਿਰ ਦੇ ਵਿੱਚ ਆਖਿਆ ਤਾਂ ਕੁਛ ਕਹਿ ਨਹੀਂ ਸਕਦੀ ਜੀ। ਮਤਲਬ ਕਿ ਤੁਹਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਜੀ? ਸਾਨੂੰ ਫਿਰ ਉਹ ਬੰਨੇ ਦਾ ਕਰਕੇ ਸਾਨੂੰ ਫਿਕਰ ਨਹੀਂ ਸੀਗਾ ਜੀ, ਉਹਨਾਂ ਨਾਲ ਟੁੱਟਦਾ ਨਹੀਂ ਆਈ ਉਹ। ਠੀਕ ਹੈ ਜੀ, ਉਹ ਬੰਨਾ ਪਹਿਲਾਂ ਕਦੇ ਟੁੱਟਿਆ ਨਹੀਂ? ਹਾਂ, ਪਹਿਲਾਂ ਟੁੱਟਿਆ ਨਹੀਂ ਹੈਗਾ ਜੀ, ਕਦੇ ਇੱਕ ਵਾਰ ਟੁੱਟਿਆ ਸੀਗਾ ਉਦੋਂ ਪਾਣੀ ਆ ਜਾਂਦਾ ਸੀਗਾ, ਉਦੋਂ ਪਾਣੀ ਆ। ਅਤੇ ਹੁਣ ਜਿਵੇਂ ਆਹ ਪੁਲ ਹੈ ਜਿਹੜਾ, ਇਹ ਨਾਲੀ 'ਤੇ ਨਵਾਂ ਬਣਿਆ, ਜੇ ਪੁਰਾਣਾ ਹੁੰਦਾ ਤਾਂ ਇਹਦੂ ਨੁਕਸਾਨ ਵੱਧ ਹੋਣਾ ਸੀ, ਇਹਦੇ ਨਾਲ ਤੁਸੀਂ ਸਹਿਮਤ ਹੋ? ਹਾਂ, ਸਹਿਮਤ ਤਾਂ ਹੈਗੇ ਹਾਂ ਜੀ, ਇਹ ਪਾਣੀ ਦਾ ਹੋਣ ਕਾਰਨ ਮਤਲਬ ਅੱਗੇ ਹੀ ਸੌਖਾ ਟੱਪਿਆ ਗਿਆ, ਪਿੱਛੇ ਨੁਕਸਾਨ ਜ਼ਿਆਦਾ ਹੋਣਾ ਸੀਗਾ ਜੀ। ਜੀ, ਉਹ ਬਦਲਾ ਜਾਂਦਾ ਜੀ, ਪਿੱਛੇ ਨੁਕਸਾਨ ਹੋਣਾ ਸਾਡਾ ਹੀ ਹੋਣਾ ਸੀ ਪਿੱਛੇ ਆ ਕੇ। ਹਾਂ, ਗੱਲ ਹੋਰ ਦੱਸੋ ਵੀ ਜਿਹੜਾ ਹੁਣ ਪਾਣੀ ਦਾ ਪੱਧਰ ਆ, ਪਹਿਲਾਂ ਉਹ ਘੱਟ ਗਿਆ ਜੀ ਜਾਂ ਓਨਾ ਹੀ ਹੈ, ਇਹ ਗੱਲ ਜ਼ਰੂਰ ਦੱਸ? ਸਿਰਫ 4 ਇੰਚੀ ਘਟਿਆ ਜੀ, ਕੋਈ ਕੁਛ ਆਕੀ ਜਾਵੇ, ਉੱਥੇ ਹੀ ਖੜਾ ਗਾ ਸਾਡੇ ਡੱਕੇ ਗੱਡੇ ਹੋਇਆ, ਨਿਸ਼ਾਨੀਆਂ ਲੱਗੀਆਂ ਹੋਈਆਂ ਜੀ, ਸਿੱਲ ਫੜੀ ਅਗਲਾ ਕਹਿੰਦਾ ਗਿੱਠ ਉੱਤਰ ਗਿਆ ਜੀ, ਪੂਰਾ 4 ਇੰਚੀ ਉੱਤਰ ਹੋਇਆ ਜੀ। ਜੀ, ਤੁਸੀਂ ਇਸ ਟਾਈਮ ਸੁਣ ਸਕਦੇ ਹੋ ਜਿਹੜਾ ਪਾਣੀ ਆ ਉਹ 4 ਇੰਚੀ ਆ ਜਿਹੜਾ ਘੱਟ ਗਿਆ। ਫਿਲਹਾਲ ਕਿ ਜਿਹੜਾ ਮਾਗਰ ਪਾਣੀ ਟੁੱਟਿਆ ਸੀ ਨਾ, ਅਸਲ ਦੇ ਵਿੱਚ ਕਾਰਨ ਕੀ ਹੈ, ਉਹ ਲੋਕਾਂ ਨੇ, ਪਿੰਡ ਦੇ ਲੋਕਾਂ ਨੇ ਬੰਨ ਬਣਾ ਲਏ, ਜਿਵੇਂ ਆਪਾਂ ਤੁਹਾਨੂੰ ਕੱਲ੍ਹ ਵਾਲੀ ਇੰਟਰਵਿਊ 'ਚ ਵੀ ਦੱਸਿਆ ਜੀ, ਬੰਨ ਬਣਾਉਣ ਦੇ ਕਾਰਨ ਜਿਹੜਾ ਪਾਣੀ ਆ ਉਹ ਦੁਬਾਰੇ ਸਾਰਾ ਘੱਗਰ ਦਰਿਆ 'ਚ ਸਿੱਟਤਾ, ਤੋ ਸੋ ਉਸ ਦਾ ਕਾਰਨ ਜਿਹੜਾ ਇੱਥੇ ਪਾਣੀ ਹਜੇ ਘਟਣ ਦਾ ਕੋਈ ਨਾਂ ਨਹੀਂ ਲੈ ਰਿਹਾ। ਅਤੇ ਬਾਈ ਜੀ, ਇੱਕ ਮੇਰੇ ਨਾਲ ਇੱਥੇ ਬਾਈ ਜੀ ਹੋਰ ਨੇ, ਬਾਈ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਆਪਣਾ ਨਾਂ ਦੱਸ ਦਿਓ। ਮੇਰਾ ਨਾਮ ਅਮਰੀਕ ਸਿੰਘ ਹੈ ਜੀ। ਜੀ, ਤੁਸੀਂ ਜਿਹੜੇ ਅਮਰੀਕ ਸਿੰਘ ਜੀ ਇੱਥੋਂ ਦੀ ਰਹਿਣ ਵਾਲੇ ਹੋ ਜੀ? ਹਾਂ ਜੀ, ਆਪਾਂ ਵਰਕਸ਼ਾਪ ਹੈ ਜੀ ਇੱਥੇ। ਜੀ ਜੀ, ਮਿਸਤਰੀ ਹੋ? ਮਿਸਤਰੀ ਹਾਂ। ਅਤੇ ਠੀਕ ਹੈ ਜੀ, ਅਤੇ ਤੁਸੀਂ ਸਾਨੂੰ ਐਂ ਦੱਸੋ ਵੀ ਜਿਹੜਾ ਹੁਣ ਆਪਾਂ ਖੜ੍ਹੇ ਹਾਂ ਅੱਜ ਸਰਦੂਲਗੜ੍ਹ ਦੇ ਵਿੱਚ, ਅਤੇ ਪਾਣੀ ਕਿੱਥੇ ਕਿੱਥੇ ਅਤੇ ਕਿੰਨਾ ਕਿੰਨਾ ਕੁ ਜਿਹੜਾ ਸਰਦੂਲਗੜ੍ਹ ਦੇ ਵਿੱਚ ਐਂਟਰ ਕਰ ਗਿਆ? ਸਰਦੂਲਗੜ੍ਹ ਤਾਂ ਬਹੁਤ ਅੱਧਾ ਸੂਗਾ ਡੁੱਬ ਗਿਆ ਜੀ। ਜੀ ਹਾਂਜੀ, ਗਰੀਬ ਬਸਤੀ ਸਾਰੀ ਡੁੱਬ ਗਈ ਉੱਧਰ, 2 ਨੰਬਰ ਵਾਰਡ, 3 ਨੰਬਰ ਵਾਰਡ ਜੀ, ਜੀ 6 ਨੰਬਰ ਵਾਰਡ ਜੀ। ਜੀ ਹਾਂਜੀ, ਜਿਵੇਂ ਤੁਸੀਂ ਸੁਣ ਸਕਦੇ ਹੋ ਕਿ ਗਰੀਬਾਂ ਦੀ ਜਿਹੜਾ ਕੁਦਰਤ ਹੈ ਜਦੋਂ ਵੀ ਆਉਂਦੀ ਹੈ ਗਰੀਬਾਂ ਦੇ ਨਾਲ, ਜਿਹੜਾ ਧੱਕਾ ਹੈ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਦੇਖੋ, ਜਿਹੜਾ ਅਮੀਰ ਬੰਦਾ ਹੁੰਦਾ ਹੈ ਉਹ ਚੱਲ ਜਾਂਦਾ ਜੀ, ਗਰੀਬ ਨੂੰ ਜਿਹੜੀ ਕੁਦਰਤ ਦੀ ਮਾਰ ਹੈ ਉਹ ਪਹਿਲੇ ਦਿਨੋਂ ਹੀ ਵੱਧ ਹੈ ਜਿਹੜੀ ਉਹ ਪੈਂਦੀ ਹੈ। ਬਾਈ ਜੀ, ਤੁਸੀਂ ਸਾਨੂੰ ਇੱਕ ਗੱਲ ਇੱਥੇ ਹੋਰ ਸਾਨੂੰ ਕਲੀਅਰ ਕਰ ਦਿਓ, ਜਿਵੇਂ ਹੁਣ ਤੁਸੀਂ ਮਿਸਤਰੀ ਹੋ ਹੈ ਨਾ, ਤੁਹਾਡੀ ਵਰਕ ਸਾਹਿਬ ਹੈ ਜਿਹੜੀ ਉਹ ਪਾਣੀ ਦੇ ਵਿੱਚ ਇਸ ਟਾਈਮ ਹੈਗੀ ਹੈ ਜਾਂ ਤੁਸੀਂ ਸੇਫ ਹੋ? ਨਾਲ ਬੰਨ ਦੇ ਨਾਲ ਹੈ ਜੀ। ਠੀਕ ਹੈ ਜੀ, ਰੋਡ ਦੇ ਉੱਤੇ ਜੀ। ਜੀ, ਤੁਸੀਂ ਬੰਨ ਮੰਨ ਲਓ ਕਿ ਜਿਹੜੇ ਪਾਣੀ ਆਉਣ ਤੋਂ ਪਹਿਲਾਂ ਲਾ ਲਈ ਸੀ? ਨਾ, ਬੰਨ ਬਾਅਦ ਚ ਲਾਇਆ ਜੀ, ਉਹ ਸੜਕ ਦੇ ਉੱਤੇ ਵੱਡੀ ਮੇਨ ਰੋਡ ਤੇ ਬਾਅਦ ਚ ਲਾਇਆ ਜੀ ਬੰਨ। ਜੀ ਜੀ ਹਾਂਜੀ। ਤੇ ਇੱਧਰ ਜਿਵੇਂ ਹੁਣ ਨਾਲ ਸਰਦੂਲਗੜ੍ਹ ਦੇ ਕਿਹੜੇ ਕਿਹੜੇ ਪਿੰਡ ਨੇ ਜਿੱਥੇ ਪਾਣੀ ਹੈ ਜਿਹੜਾ ਇਸ ਟਾਈਮ ਹੈਗਾ, ਤੇ ਪਾਣੀ ਨੇ ਉਹ ਪਿੰਡ ਸਾਰੇ ਮੰਨ ਲਓ ਕਿ ਖਤਮ ਕਰਤੇ, ਕਿਹੜੇ ਕਿਹੜੇ ਪਿੰਡ ਨੇ ਜੀ? ਹੋਸ ਮੰਡੀ ਜੀ, ਸਰਦੂਲਗੜ੍ਹ ਜੀ, ਆਪਣਾ ਅੱਜ ਭੱਲਣ ਵਾਲੇ ਵੀ ਟੁੱਟ ਗਿਆ ਜੀ ਪਾਣੀ, ਭੱਲਣ ਵਾਲੇ ਹਾਂਜੀ, ਹੋਸ ਮੰਡੀ, ਫਿਰ ਆਲੂਪੁਰ ਨਾਲ ਵੀ ਜਾ ਲੱਗਿਆ ਜੀ। ਜੀ, ਇੱਥੇ ਹੈਗੇ ਸੀ 7 ਪਿੰਡ ਆ ਜੀ, 7 ਪਿੰਡ ਹੈਗੇ। ਅਤੇ ਅੱਗੇ ਮੰਨ ਲਓ ਕਿ ਰੋਡ ਕੀ ਗੱਲ ਆ ਹਰਿਆਣੇ 'ਚ, ਬਾਕੀ ਸਾਰੇ ਪੰਜਾਬ ਦੇ ਪਿੰਡ ਨੇ, ਰੋਡ ਕੀ ਪੰਜਾਬ 'ਚ? ਜੀ ਜੀ, ਰੋਡ ਕੀ ਪੰਜਾਬ 'ਚ ਹੈ। ਅਤੇ ਸਾਨੂੰ ਕੋਈ ਹੋਰ ਜਿਹੜੀ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਕਿ ਵੀ ਸਾਨੂੰ ਆਹ ਚੀਜ਼ ਦਾ ਜਿਹੜਾ ਹੈ ਸਾਡਾ ਹੋਇਆ ਨੁਕਸਾਨ ਉਹਦੀ ਹੱਥ ਹੱਥ ਕਰਕੇ ਖਾਂਦੇ ਜੀ? ਜੀ, ਅਜੇ ਤਾਂ ਮਿਸਤਰੀਆਂ ਸਾਡਾ ਤਾਂ ਕੋਈ ਵਾਹਣ ਵੀ ਹੈ ਨਹੀਂ, ਜਿਵੇਂ ਕਹਿ ਦਈਏ। ਜੀ ਜੀ, ਸਾਡਾ ਤਾਂ ਹਫ਼ਤੇ ਤੋਂ ਕੰਮ ਵੀ ਠੱਪ ਪਿਆ 10 ਦਿਨ ਹੋ ਗਏ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ ਜਿਹੜਾ ਆਮ ਬੰਦਾ ਜਿਹੜਾ ਕਿਰਤੀ ਬੰਦਾ ਕੰਮ ਕਰਕੇ ਖਾਂਦਾ, ਸਭ ਤੋਂ ਵੱਧ ਜਿਹੜਾ ਪ੍ਰਭਾਵਿਤ ਉਹੀ ਹੈ। ਬਾਈ ਕਹਿੰਦਾ ਵੀ ਹਫ਼ਤਾ ਹੋ ਗਿਆ ਸਾਡਾ ਜਿਹੜਾ ਕੰਮ ਹੈ ਉਹ ਬੰਦ ਪਿਆ, ਅਤੇ ਬਾਈ ਕਹਿੰਦਾ ਅਸੀਂ ਜਿਹੜੀ ਸਾਡੀ ਆਮਦਨ ਆ, ਘਰ ਦਾ ਸਾਡਾ ਜਿਹੜਾ ਗੁਜ਼ਾਰਾ ਉਹ ਇਸ ਮਿਸਤਰੀ ਦੇ ਕੰਮ ਤੋਂ, ਵਰਕਸ਼ਾਪ ਤੋਂ ਚੱਲਦਾ, ਉਹ ਹਫ਼ਤਾ ਹੋ ਗਿਆ ਜੀ ਬੰਦ ਪਿਆ। ਸੋ ਪੰਜਾਬ ਦੇ ਸਾਰੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਪਿੰਡ ਨੇ, ਉੱਥੋਂ ਦੇ ਲੋਕਾਂ ਨੂੰ ਜ਼ਿਆਦਾਤਰ ਕਿ ਜਿਹੜਾ ਗਰੀਬ ਤਬਕਾ ਹੈ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਆਪਾਂ ਜਿਹੜੀ ਹੈ ਪਰਮਾਤਮਾ ਅੱਗੇ ਇਹੀ ਅਰਦਾਸ ਕਰੀਏ ਕਿ ਜਿਹੜੀ ਇਹ ਆਫਤ ਹੈ ਛੇਤੀ ਤੋਂ ਛੇਤੀ ਹੈ ਜਿਹੜੀ ਉਹ ਹੱਲ ਹੋਵੇ, ਪਰਮਾਤਮਾ ਸਭ 'ਤੇ ਮਿਹਰ ਭਰੇ ਹੱਥ ਰੱਖੇ ਜੀ। ਬਾਈ ਜੀ, ਤੁਸੀਂ ਕਿਹੜੀ ਸਾਈਡ ਆ ਗਏ? ਸ਼੍ਰੀ ਮੁਕਤਸਰ ਸਾਹਿਬ ਤੋਂ ਹੀ ਜੀ। ਅਤੇ ਤੁਸੀਂ ਕਿੰਨਾ ਦਿਨ ਹੋ ਗਿਆ ਜਿਹੜੀ ਇਹ ਸੇਵਾ ਹਰੇ ਦੀ ਕਰ ਰਹੇ ਹੋ? ਅਸੀਂ ਅੱਜ ਹੀ ਲੈ ਕੇ ਆਏ ਜੀ, ਅਤੇ ਨਾਲ ਰਾਸ਼ਨ ਵੀ ਲੈ ਕੇ ਆਏ ਹਾਂ, ਉਹ ਟਰਾਲੀ ਉੱਥੇ ਖੜ੍ਹੀ ਆ ਜੀ। ਕਿੰਨੇ ਸੇਵਾਦਾਰ ਤੁਸੀਂ ਜਿਹੜੇ ਹੋ? ਅਸੀਂ ਆਏ ਹਾਂ ਜੀ, 12-13 ਸੇਵਾਦਾਰ ਆਏ ਹਾਂ ਜੀ। ਤੁਸੀਂ ਕਿਸੇ ਕਮੇਟੀ ਦੇ ਅੰਡਰ ਆਏ ਹੋ ਜਾਂ ਆਪਣੇ ਤੌਰ ਤੇ? ਆਪਣੇ ਤੌਰ ਤੇ ਪਿੰਡ ਵੱਲੋਂ ਸੇਵਾ ਕੀਤੀ ਹੈ ਜੀ, ਗ੍ਰਾਹੀ ਕੀਤੀ ਸੀ।